ਤਾਂ ਬੇਹੱਦ ਅਹਿਮ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਐਨ ਆਰ ਆਈ ਨੂੰ ਦਾ ਸਹੁਰੇ ਪਰਿਵਾਰ ਦੇ ਵਿੱਚ ਕਤਲ ਹੋ ਗਿਆ ਹੈ। ਜੀ ਹਾਂ, ਸਹੁਰੇ ਘਰ ਦੇ ਵਿੱਚ ਐਨ ਆਰ ਆਈ ਨੂੰ ਦੀ ਲਾਸ਼ ਮਿਲੀ ਹੈ। ਯੂ ਐਸ ਦੀ ਇਹ ਮਹਿਲਾ ਸਿਟੀਜ਼ਨ ਸੀ, ਪੰਜਾਬੀ ਮੁੰਡੇ ਦੇ ਨਾਲ ਇਸਨੇ ਵਿਆਹ ਕਰਾਇਆ ਹੋਇਆ ਸੀ ਅਤੇ ਹੁਣ ਆਪਣੇ ਸਹੁਰਿਆਂ ਦੇ ਘਰ ਆਈ ਹੋਈ ਸੀ, ਕਿਉਂਕਿ ਇਸਦਾ ਪਤੀ ਯੂ ਐਸ ਦੇ ਵਿੱਚ ਪੱਕਾ ਨਹੀਂ ਸੀ, ਇਸ ਕਰਕੇ ਪੰਜਾਬ ਨਹੀਂ ਆ ਪਾਇਆ। ਇਹ ਇਕੱਲੀ ਆਈ ਸੀ, ਲੋਹੜੀ ਦਾ ਤਿਉਹਾਰ ਮਨਾਇਆ ਇਸਨੇ ਆਪਣੇ ਸਹੁਰੇ ਪਰਿਵਾਰ ਦੇ ਨਾਲ, ਪੇਕਿਆਂ ਦੇ ਨਾਲ ਰਲ ਕੇ, ਅਤੇ ਆਪਣੇ ਸਹੁਰੇ ਪਰਿਵਾਰ ਘਰ ਦੇ ਵਿੱਚ ਹੀ ਸੀ ਜਦੋਂ ਇਸਦੀ ਹੁਣ ਅੱਜ ਸਵੇਰੇ ਲਾਸ਼ ਮਿਲੀ ਹੈ। ਤਾਂ ਸੁਲਤਾਨਪੁਰ ਲੋਧੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ, ਜਿੱਥੇ ਰਾਤ ਵੇਲੇ ਸੁੱਤੀ ਯੂ ਐਸ ਸਿਟੀਜ਼ਨ ਐਨ ਆਰ ਆਈ ਨੂੰ ਸਵੇਰ ਉੱਠੀ ਹੀ ਨਹੀਂ, ਲੋਹੜੀ ਤੋਂ ਇੱਕ ਦਿਨ ਪਹਿਲਾਂ ਸਸੁਰਾਲ ਪਹੁੰਚੀ ਸੀ, ਯਾਨੀ ਕਿ ਆਪਣੇ ਸਹੁਰਿਆਂ ਦੇ ਘਰ ਪਹੁੰਚੀ ਸੀ। ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ, ਮਹਿਲਾ ਦੀ ਪਹਿਚਾਣ ਹੋ ਗਈ ਹੈ, 30 ਸਾਲਾਂ ਦੀ ਹੈ, ਰਾਜਦੀਪ ਕੌਰ ਹੈ, ਜੋ ਕਿ ਯੂ ਐਸ ਦੀ ਸਿਟੀਜ਼ਨ ਸੀ। 12 ਜਨਵਰੀ ਦੀ ਰਾਤ ਵੇਲੇ ਆਪਣੇ 5 ਸਾਲਾਂ ਦੇ ਮੁੰਡੇ ਦੇ ਨਾਲ ਸਹੁਰਿਆਂ ਦੇ ਪਿੰਡ ਨਾਨੋ ਮੱਲੀਆਂ ਦੇ ਵਿੱਚ ਗਈ ਸੀ, ਆਪਣੇ ਸੱਸ ਸਹੁਰੇ ਦੇ ਕੋਲ ਰਹਿ ਰਹੀ ਸੀ। ਤਾਂ 19 ਜਨਵਰੀ ਦੀ ਰਾਤ ਵੇਲੇ ਜਦੋਂ ਸੌਂਦੀ ਹੈ, ਤਾਂ 20 ਜਨਵਰੀ ਸਵੇਰੇ ਜਾਂ 4 ਵਜੇ ਉੱਠ ਕੇ ਉਸਦੇ ਸੱਸ ਸਹੁਰਾ ਉਸਦੇ ਕਮਰੇ 'ਚ ਜਾਂਦੇ ਨੇ ਤਾਂ ਉਸਦੀ ਲਾਸ਼ ਮਿਲਦੀ ਹੈ। ਹੁਣ ਇਹ ਨਹੀਂ ਪਤਾ ਚੱਲਿਆ ਕਿ ਕਿਵੇਂ ਉਸਦੀ ਮੌਤ ਹੋਈ ਹੈ। ਆਓ ਬਾਕੀ ਪਰਿਵਾਰਕ ਮੈਂਬਰਾਂ ਤੋਂ ਹੀ ਜਾਣਦੇ ਹਾਂ ਕਿ ਆਖਿਰਕਾਰ ਮਾਮਲਾ ਕੀ ਹੈ। ਹਾਂਜੀ, ਮੈਂ ਏਐਸਆਈ ਦਵਿੰਦਰਪਾਲ ਜੀ, ਇੰਚਾਰਜ ਚੌਂਕੀ ਮੋਠਾ ਵੱਲ ਲੱਗਾ ਜੀ। ਕੱਲ੍ਹ ਇੱਕ ਜਗਦੇਵ ਸਿੰਘ ਸਾਨੂੰ ਜੀਤ ਸਿੰਘ ਨਾਨੋ ਮੱਲੀਆਂ ਦੇ ਰਹਿਣ ਵਾਲੇ ਨੇ, ਸਾਨੂੰ ਉਹਨਾਂ ਨੇ ਕੱਲ੍ਹ ਸ਼ਾਮੀ 5:30 ਵਜੇ ਕੋਈ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਇਹਨਾਂ ਦੀ ਨੂੰਹ ਆ ਰਾਜਦੀਪ ਕੌਰ, ਇਹ ਅਮੈਰੀਕਨ ਸਿਟੀਜ਼ਨ ਨੇ ਅਤੇ ਇਹ ਤਾਂ ਬੇਟਾ ਵੀ ਉੱਥੇ ਅਮੈਰੀਕਾ 'ਚ ਹੀ ਰਹਿ ਰਿਹਾ ਕੱਚੇ ਤੌਰ 'ਤੇ, ਅਤੇ ਇਹ ਲੇਡੀ ਜਿਹੜੀ ਹੈ ਪੱਕੇ ਤੌਰ 'ਤੇ ਇੱਥੇ ਰਹਿ ਰਹੀ ਆ, ਅਤੇ 12 ਤਰੀਕ ਨੂੰ ਇਹ ਲੇਡੀ ਦੇ ਨੂੰਹ ਇਹਨਾਂ ਦੀ ਆਪਣੇ ਬੇਟੇ ਦੇ 5 ਸਾਲ ਦੇ ਬੇਟਾ ਸੀ ਉਹਦੇ ਨਾਲ ਅਮੈਰੀਕਾ ਤੋਂ ਉੱਥੇ ਇੰਡੀਆ ਆਈ ਸੀਗੀ ਇਹਨਾਂ ਦੇ ਕੋਲ ਰਹਿਣ ਵਾਸਤੇ। ਅਤੇ 19 ਤਰੀਕ ਦੀ ਰਾਤ ਨੂੰ ਜਦੋਂ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਕਿ ਜਦੋਂ ਅਸੀਂ ਅਲੱਗ ਕਮਰੇ 'ਚ ਸੌਂ ਗਏ ਹਾਂ, ਇਹਨਾਂ ਦੀ ਨੂੰਹ ਰਾਜਦੀਪ ਕੌਰ ਅਲੱਗ ਕਮਰੇ 'ਚ ਆਪਣੇ ਬੇਟੇ ਸਮੇਤ ਜੀ, ਅਤੇ ਮੋਰਨਿੰਗ ਉੱਠ ਕੇ ਦੇਖਿਆ ਤਾਂ ਉਹਦੀ ਹਿਲਜੁਲ ਨਹੀਂ ਸੀ ਹੋ ਰਹੀ ਬੋਡੀ 'ਚ, ਫਿਰ ਇਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਉਠਾ ਕੇ ਅਤੇ ਇਹਨਾਂ ਨੇ ਉਹਦੀ ਬੋਡੀ ਚੈੱਕ ਕੀਤੀ, ਡੈਥ ਹੋ ਚੁੱਕੀ ਸੀ ਉਹਦੀ। ਡੈੱਡ ਬੋਡੀ ਨੂੰ ਪਹਿਲਾਂ ਇਹਨਾਂ ਨੇ ਆਪਣੇ ਰਿਸ਼ਤੇਦਾਰ ਨੂੰ ਇਕੱਠੇ ਕਰਨ ਵਾਸਤੇ ਸਿੱਧਾ ਦੋਨਾਂ ਮੋਰਚੀ ਜਮ੍ਹਾਂ ਕਰਾਤਾ ਸੀ, ਅਤੇ ਕੱਲ੍ਹ ਲੈ ਕੇ ਇਹਨਾਂ ਨੇ ਸਿਵਲ ਹੋਸਪਿਟਲ ਜਮ੍ਹਾਂ ਕਰਾ ਕੇ ਫਿਰ ਸਾਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਸੁਲਤਾਨਪੁਰ ਪੁਲਿਸ ਨੂੰ ਸਾਨੂੰ ਜੀ, ਅਤੇ ਉਹਦੇ ਵਾਸਤੇ ਕੱਲ੍ਹ ਅਸੀਂ 174 ਦੀ ਕਾਰਵਾਈ ਕੀਤੀ ਹੈ ਜੀ। ਅੱਜ ਦਾ ਪੋਸਟਮਾਰਟਮ ਲੇਡੀਜ਼ ਦਾ ਕਰਵਾ ਕੇ ਡੈੱਡ ਬੋਡੀ ਦੇ ਹਵਾਲੇ ਕੀਤੀ ਹੈ, ਅਗਾਂਹ ਅੱਗੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਆਪਾਂ ਫਿਰ ਸਹੀ ਰਾਤਾਂ ਬਾਰੇ ਦੇਖਾਂਗੇ ਜੀ ਕੀ ਹੈ। ਮੌਕੇ ਤੇ ਪਹੁੰਚੇ ਸੀ ਬੋਡੀ ਦੇ ਕੀ ਲਾਸ ਜਦੋਂ ਤੁਸੀਂ ਦੇਖਿਆ? ਬਿਲਕੁਲ ਠੀਕ ਹੈ ਜੀ, ਬੋਡੀ ਦੇ ਜਿਸ ਤਰ੍ਹਾਂ ਹੈਗੀ ਸੀ ਉਹ ਤਾਂ ਨੋਰਮਲ ਹੀ ਆ, ਪਰ ਅਸੀਂ ਸਾਡਾ ਫਿਰ ਵੀ ਇਸ ਬਾਰੇ ਪੋਸਟਮਾਰਟਮ ਕਰਵਾ ਕੇ ਔਰ ਪੋਸਟਮਾਰਟਮ ਕਰਾਉਣ ਤੋਂ ਬਾਅਦ ਹੀ ਆਪਾਂ ਸਹੀ। ਇਹਦਾ ਹਸਬੈਂਡ ਵੀ ਨਾਲ ਹੀ ਰਹਿ ਰਿਹਾ ਸੀ ਅਮਰੀਕੀ? ਅਮਰੀਕਾ ਦੇ ਹਸਬੈਂਡ ਨਾਲ ਰਹਿ ਰਿਹਾ। ਕਿੰਨੀ ਉਮਰ ਸੀ ਲੜਕੀ? ਇਹ ਲੜਕੀ ਦੀ ਉਮਰ 30 ਸਾਲ ਦੀ ਹੈ ਜੀ। ਹੁਣ ਬੋਰਡ ਦਾ ਗਠਨ ਕੀਤਾ ਗਿਆ? ਬੋਰਡ ਦਾ ਗਠਨ ਕਰਾ ਕੇ। ਵਿਆਹ ਕਿੰਨੇ ਡਾਕਟਰਾਂ ਦਾ ਬੋਰਡ ਜਿਹੜਾ? 3 ਡਾਕਟਰਾਂ ਦਾ ਬੋਰਡ ਬੈਠਾ ਜੀ। ਵਿਆਹ ਕਿੰਨੇ ਸਾਲ ਪਹਿਲਾਂ ਹੋਇਆ ਸੀ? 8 ਸਾਲ ਪਹਿਲਾਂ ਵਿਆਹ ਹੋਇਆ ਇਹਨਾਂ ਦਾ ਆਪਸ ਵਿੱਚ। ਹੁਣ ਕਿੰਨੇ ਡਾਕਟਰਾਂ ਦਾ ਬੋਰਡ ਇਹਨਾਂ ਦਾ? 3 ਡਾਕਟਰਾਂ ਦਾ ਬੋਰਡ ਬੈਠਾ। ਅੱਛਾ ਜੀ, ਹੁਣ ਫਿਲਹਾਲ ਕੀ ਕਾਰਵਾਈ ਹੈ? ਫਿਲਹਾਲ ਪੋਸਟਮਾਰਟਮ ਕਰਵਾ ਦਿੱਤਾ ਅੱਜ ਜੀ, ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਆਪਾਂ ਜਿੱਥੇ ਜੋ ਵੀ ਹਾਲਾਤ ਸਰਕਮਸਟਾਂਸਿਸ ਹੋਣਗੇ ਉਹ ਸਾਹਮਣੇ ਕਰ ਰਹੇ ਹਾਂ। ਕੋਈ ਇੰਸ਼ੋਰੈਂਸ ਵੀ ਹੈ ਇਸ ਲੜਕੀ ਦਾ ਵੱਡਾ? ਹਾਲੇ ਤੱਕ ਮੇਰੇ ਕੋਲ ਸਵਾ ਮਿਸਲ ਦੇ ਸੰਬੰਧੀ ਸਾਡੇ ਤਾਂ ਗੱਲ ਹੀ ਪਹੁੰਚੀ ਇੱਦਾਂ ਦੀ, ਜੇ ਆਊਗੀ ਤਾਂ ਉਹ ਵੀ ਹਾਲਾਤ ਅਸੀਂ ਵੈਰੀਫਾਈ ਜ਼ਰੂਰ ਕਰਾਂਗੇ ਸਾਰੀ ਗੱਲ।